ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਭਾਜੀ ਅਮੁੱਲ ਮੱਖਣ ਹੈ। ਹਾਂਜੀ ਅਮੁੱਲ ਮੱਖਣ ਨੂੰ ਇਸ ਦੇ ਵਿੱਚ ਲਾ ਕੇ ਡੋ ਦੇ ਵਿੱਚ ਅਮੁੱਲ ਮੱਖਣ ਲਾ ਕੇ ਇਹਨੂੰ ਮਤਲਬ ਲੇਅਰਸ ਬਣਾਏ ਜਾਂਦੀਆਂ ਰਹਿੰਦੀਆਂ। ਤੁਸੀਂ ਵੇਖ ਸਕਦੇ ਹੋ ਫੀਲਿੰਗ ਕਿੰਨੀ ਵਧੀਆ ਹੈ। ਅੰਮ੍ਰਿਤਸਰੀ ਕੁਲਚਾ ਸਾਡਾ ਆ ਗਿਆ, ਪਹਿਲਾਂ ਤਾਂ ਆਪਾਂ ਇਹਦੇ ਤੇ ਪਾਉਂਦੇ ਹਾਂ ਅਮੁੱਲ ਮੱਖਣ। ਲਓ ਜੀ ਆਹ ਦੇਖ ਲਓ ਜੀ ਮੱਖਣ ਪੂਰੀ ਤਰ੍ਹਾਂ ਪੈ ਗਿਆ ਕੁਲਚੇ ਦੇ ਉੱਤੇ ਤੇ ਹੁਣ ਆਪਾਂ ਕਰਨੇ ਆ ਦੀ ਟੇਸਟਿੰਗ। ਅੱਜ ਅਸੀਂ ਆ ਗਏ ਹਾਂ ਬਹੁਤ ਹੀ ਮਸ਼ਹੂਰ ਅੰਮ੍ਰਿਤਸਰੀ ਕੁਲਚਾ ਖਾਣ। ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ, ਕੇਸਰ ਬਾਗ ਕਾਰ ਪਾਰਕਿੰਗ ਦੇ ਬਿਲਕੁਲ ਨਾਲ ਹੈਗੀ ਹੈ ਇੱਕ ਸ਼ੌਪ ਜਿੱਥੇ ਤੁਹਾਨੂੰ ਮਿਲਣਗੇ ਬਹੁਤ ਹੀ ਸਵਾਦ ਅੰਮ੍ਰਿਤਸਰੀ ਕੁਲਚੇ। ਅਤੇ ਅੱਜ ਅਸੀਂ ਇਹਨਾਂ ਦਾ ਮਿਕਸ ਕੁਲਚਾ ਟੇਸਟ ਕਰਾਂਗੇ ਅਤੇ ਆ ਜਾਓ ਤੁਹਾਨੂੰ ਵੀ ਵਿਖਾਉਂਦੇ ਹਾਂ ਕਿ ਅੰਮ੍ਰਿਤਸਰੀ ਕੁਲਚਾ ਕਿਵੇਂ ਬਣਦਾ ਹੈ ਅਤੇ ਇਹਨਾਂ ਦੇ ਕੁਲਚੇ ਦਾ ਟੇਸਟ ਕਿਵੇਂ ਹੈ। ਤਾਂ ਚਲੋ ਚਲੀਏ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹ ਭਾਜੀ ਅਮੁੱਲ ਮੱਖਣ ਹੈ। ਹਾਂਜੀ ਅਮੁੱਲ ਮੱਖਣ ਨੂੰ ਇਸ ਦੇ ਵਿੱਚ ਲਾ ਕੇ ਡੋ ਦੇ ਵਿੱਚ ਅਮੁੱਲ ਮੱਖਣ ਲਾ ਕੇ ਇਹਨੂੰ ਮਤਲਬ ਲੇਅਰਸ ਬਣਾਈਆਂ ਜਾਂਦੀਆਂ ਰਹਿੰਦੀਆਂ। ਤੁਸੀਂ ਵੇਖ ਸਕਦੇ ਹੋ ਫੀਲਿੰਗ ਕਿੰਨੀ ਵਧੀਆ, ਮਿਕਸ ਫੀਲਿੰਗ ਹੈ। ਆਲੂ ਗੋਭੀ ਪਿਆਜ਼ ਸਭ ਕੁਝ ਪਾਇਆ ਹੋਇਆ ਇਹਦੇ 'ਚ। ਜਾਂ ਤੁਸੀਂ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਗੁੰਨਿਆ ਜਾ ਰਿਹਾ ਹੈ, ਅਮੁੱਲ ਬਟਰ ਇਸ ਦੇ ਵਿੱਚ ਪਾ ਕੇ ਲੇਅਰਸ ਬਣ ਰਹੀਆਂ ਨੇ। ਲਓ ਜੀ ਇਹ ਤਿਆਰ ਹੋ ਰਿਹਾ ਹੈ ਲੇਅਰ ਵਾਲਾ ਜਿਹੜਾ ਅੰਮ੍ਰਿਤਸਰੀ ਕੁਲਚੇ ਦਾ ਡੋ। ਅੰਮ੍ਰਿਤਸਰੀ ਕੁਲਚਾ ਇਸ ਲਈ ਫੇਮਸ ਹੈ ਕਿਉਂਕਿ ਇਹਨੂੰ ਬਣਾਉਣ ਦਾ ਇੱਕ ਬਹੁਤ ਹੀ ਯੂਨੀਕ ਹੈ ਤਰੀਕਾ, ਜਿਹਦੇ ਵਿੱਚ ਇਹਨੂੰ ਬਟਰ ਦੇ ਨਾਲ ਇਹਦੀ ਲੇਅਰਿੰਗ ਕਰਕੇ ਅਤੇ ਲੇਅਰਸ ਤਿਆਰ ਕਰਕੇ ਇਹਨੂੰ ਬਣਾਇਆ ਜਾਂਦਾ ਹੈ ਡੋ ਨੂੰ, ਅਤੇ ਉਸ ਤੋਂ ਬਾਅਦ ਜਿਹੜਾ ਕ੍ਰਿਸਪੀ ਨਿਕਲਦਾ ਹੈ ਨਾ ਕੁਲਚਾ ਉਹ ਮਜ਼ਾ ਹੀ ਆ ਜਾਂਦਾ ਜੀ ਖਾ ਕੇ। ਦੇਖ ਸਕਦੇ ਹੋ ਜਿਵੇਂ ਲੇਅਰਸ ਬਣ ਰਹੀਆਂ ਨੇ। ਇਹ ਸਰ ਹੁਣ ਕਿੰਨੀਆਂ ਲੇਅਰਸ ਬਣ ਗਈਆਂ ਨੇ ਜੀ? ਸੱਤ ਲੇਅਰਸ ਤਿਆਰ ਨੇ ਬਣ ਕੇ ਅਤੇ ਆਹ ਹੋ ਗਿਆ ਰੈਡੀ ਅਸਲੀ ਅੰਮ੍ਰਿਤਸਰੀ ਕੁਲਚੇ ਦਾ ਡੋ। ਇਹ ਆ ਲਓ ਜੀ ਆਹ ਦੇਖ ਸਕਦੇ ਹੋ ਲੇਅਰਸ ਨਜ਼ਾਰੇਦਾਰ ਬਿਲਕੁਲ। ਇਹਦੇ ਵਿੱਚ ਹੁਣ ਹੋਣ ਜਾ ਰਹੀ ਹੈ ਫਿਲਿੰਗ। ਔਥੈਂਟਿਕ ਅੰਮ੍ਰਿਤਸਰੀ ਕੁਲਚਾ ਇਹਦੇ ਉੱਪਰ ਲੱਗ ਰਿਹਾ ਜੀ ਕਸੂਰੀ ਮੇਥੀ ਧਨੀਆ। ਲਓ ਜੀ ਅੰਮ੍ਰਿਤਸਰੀ ਕੁਲਚਾ ਤੰਦੂਰ 'ਚ ਜਾਣ ਰਹੀ ਰੈਡੀ। ਲਓ ਜੀ ਤੰਦੂਰ 'ਚ ਕੁਲਚਾ ਚਲਿਆ ਗਿਆ ਅਤੇ ਪੂਰਾ ਹੁਣ ਕ੍ਰਿਸਪੀ ਹੋ ਕੇ ਬਾਹਰ ਆਊਗਾ ਅਤੇ ਨਾਲ ਸਾਨੂੰ ਮਿਲੂਗਾ ਅਮੁੱਲ ਮੱਖਣ ਇਹਦੇ ਨਾਲ, ਅਤੇ ਨਾਲ ਇਹਨਾਂ ਦੇ ਸਪੈਸ਼ਲ ਜਿਹੜੇ ਅੰਮ੍ਰਿਤਸਰੀ ਛੋਲੇ ਅਤੇ ਅੰਮ੍ਰਿਤਸਰੀ ਚਟਨੀ। ਅਤੇ ਚਲੋ ਹੁਣ ਆਪਾਂ ਕੁਲਚਾ ਤਿਆਰ ਹੋਣ ਤੋਂ ਬਾਅਦ ਕਰਨੇ ਆ ਇਹਦੀ ਟੇਸਟਿੰਗ। ਆਹ ਨੇ ਜੀ ਭਾਅ ਜੀ ਆਪਣੇ ਕੁਲਚਾ ਐਕਸਪਰਟ ਅਤੇ ਭਾਅ ਜੀ ਨਾਲ ਆਪਾਂ ਥੋੜ੍ਹੀ ਗੱਲ ਕਰ ਲੈਂਦੇ ਹਾਂ। ਪਹਿਲਾਂ ਆਪਾਂ ਕੁਲਚੇ 'ਤੇ ਲਗਵਾਉਂਦੇ ਹਾਂ ਮੱਖਣ। ਆ ਜੀ ਅਮੁੱਲ ਮੱਖਣ ਆ ਗਿਆ ਇਹਦੇ ਉੱਪਰ ਕੁਲਚੇ ਦੇ, ਅਤੇ ਨਾਲ ਹੀ ਮਿਲਦੀ ਹੈ ਅਮੁੱਲ ਮੱਖਣ ਦੀ ਟਿੱਕੀ। ਅਤੇ ਲਓ ਜੀ ਅੰਮ੍ਰਿਤਸਰੀ ਕੁਲਚਾ, ਭਾਵੇਂ ਇਹਨੂੰ ਚੂਰ ਚੂਰ ਨਾਨ ਕਹਿ ਲਓ ਅਤੇ ਭਾਵੇਂ ਇਹਨੂੰ ਅੰਮ੍ਰਿਤਸਰੀ ਕੁਲਚਾ ਕਹਿ ਲਓ, ਇਹਨੂੰ ਹੁਣ ਆਪਾਂ ਇੰਜੋਏ ਕਰਨੇ ਆ ਅੰਮ੍ਰਿਤਸਰੀ ਚਟਨੀ ਦੇ ਨਾਲ ਅਤੇ ਅੰਮ੍ਰਿਤਸਰੀ ਛੋਲਿਆਂ ਦੇ ਨਾਲ। ਨਾਲ ਸਾਡੀ ਥੰਬਸ ਅਪ ਆ ਗਈ ਹੈ ਅਤੇ ਹੁਣ ਕਰਨੇ ਆ ਆਪਾਂ ਇਹਦੀ ਟੇਸਟਿੰਗ। ਅੰਮ੍ਰਿਤਸਰੀ ਕੁਲਚਾ ਸਾਡਾ ਆ ਗਿਆ, ਪਹਿਲਾਂ ਤਾਂ ਆਪਾਂ ਇਹਦੇ 'ਤੇ ਪਾਉਂਦੇ ਹਾਂ ਅਮੁੱਲ ਮੱਖਣ। ਲਓ ਜੀ ਆਹ ਦੇਖ ਲਓ ਜੀ ਮੱਖਣ ਪੂਰੀ ਤਰ੍ਹਾਂ ਪੈ ਗਿਆ ਕੁਲਚੇ ਦੇ ਉੱਤੇ ਅਤੇ ਹੁਣ ਆਪਾਂ ਕਰਨੇ ਆ ਇਹਦੀ ਟੇਸਟਿੰਗ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਚੰਗੀ ਤਰ੍ਹਾਂ ਪੱਕਿਆ ਹੋਇਆ, ਲੇਅਰਸ ਪੂਰੀ ਤਰ੍ਹਾਂ ਬਰਕਰਾਰ ਨੇ ਅਤੇ ਕ੍ਰਿਸਪੀ ਕਿੰਨਾ ਜ਼ਿਆਦਾ ਹੈ। ਹੁਣ ਕਰਨੇ ਆਪਾਂ ਇਹਦੀ ਟੇਸਟਿੰਗ। ਛੋਲੇ ਮਿਕਸ ਕਰਕੇ
भाई साहब मजा आ गया। कुलचा पूरा फुल क्रिस्पी है, जिहड़ा आलूआं दा टेस्ट है वह भी बहुत वधिया है। जिहड़ी मैनूं स्पैशल चीज़ लगी, एक तो क्रिस्पी बहुत है, दूजे छोले इन्हां दे बहुत ज़्यादा जबरदस्त ने, ते जिहड़ा अमूल मक्खन है वह हरेक चीज़ ते जादू कर दिता है। भावें उन्हूं कुलचे ते पा लो, भावें उन्हूं किसी भी चीज़ पा लो, भावें उन्हूं परौंठे ते पा लो, ते अमूल मक्खन भी आदा पूरा जादू विखा रहा है। ते आ एक होर बाइट क्रिस्पी क्रिस्पी अमृतसरी कुलचे दी, मज़ा आ गया जी मिक्स कुलचा खा के। हुण असीं इहनूं करने आ इंजॉय, ते खा के मैं जिहड़ा मेरा ब्रदर जी ने कैमरा फड़िया होया गुरसिमरन, आपां उहदा वी रिव्यू लैंदे आ, ते फिर करने आ छोटी जी इंटरव्यू जिहड़ी कि अपने मेन कुलचा शेफ ने उहनां नाल। Days passes by, and most long for a place that they never find. I'm afraid I wake up when I die, and it is too late to climb any mountain. Time is of the essence, the blood running through our core. It's best to not feel sorry when it's over. ਭਾਜੀ ਨੇ ਸਾਡੇ ਕੁਲਚਾ ਐਕਸਪਰਟ, ਥੈਂਕ ਯੂ ਭਾਜੀ, ਬਹੁਤ ਸਵਾਦ ਸਾਨੂੰ ਕੁਲਚੇ ਖਾਣ ਲਈ। ਅਤੇ ਮੈਂ ਤੁਹਾਡੇ ਤੋਂ ਬਸ ਇੱਕ ਦੋ ਗੱਲਾਂ ਪੁੱਛਣਾ ਚਾਹਾਂਗਾ। ਪਹਿਲਾਂ ਤਾਂ ਆਪਾਂ ਟਾਈਮਿੰਗ ਦੱਸ ਦੀ ਕਿ ਆਪਣੀ ਟਾਈਮਿੰਗ ਕੀ ਹੈ? 9 ਵਜੇ ਤੋਂ 3 ਵਜੇ ਤੱਕ ਸਵੇਰੇ ਲਾਗੇ ਸ਼ਾਮ ਦੇ, ਠੀਕ ਹੈ। ਅਤੇ ਇੱਕ ਸਰ ਆਪਾਂ ਨੂੰ ਕਿੰਨੇ ਕੁ ਸਾਲ ਹੋ ਗਏ ਇਸ ਸ਼ੋਪ ਨੂੰ? ਠੀਕ ਹੈ, 5 ਈਅਰਸ ਭਾਜੀ ਨੂੰ ਹੋ ਗਿਆ, ਅਤੇ ਇਸ ਤੋਂ ਪਹਿਲਾਂ ਮਤਲਬ ਸ਼ੋਪ ਨੂੰ 15 ਸਾਲ ਹੋ ਗਿਆ, 15 ਸਾਲ, ਠੀਕ ਹੈ। ਅਤੇ ਸਰ ਇੱਕ ਮੈਂ ਤੁਹਾਨੂੰ ਨੀਚੇ ਮੋਬਾਈਲ ਨੰਬਰ ਲਿਖ ਕੇ ਦੇ ਰਿਹਾ, ਫੋਰ ਐਗਜ਼ਾਮਪਲ ਤੁਹਾਨੂੰ ਲੋਕੇਸ਼ਨ ਦਾ ਪਤਾ ਨਹੀਂ ਲੱਗਦਾ ਤਾਂ ਤੁਸੀਂ ਭਾਜੀ ਨੂੰ ਫੋਨ ਕਰਕੇ ਲੋਕੇਸ਼ਨ ਦਾ ਪਤਾ ਲਾ ਸਕਦੇ ਹੋ। ਐਡਰੈਸ ਜਿਹੜਾ, ਐਡਰੈਸ ਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਾਂਗਾ। ਅਤੇ ਸਰ ਆਪਣੇ ਕੁਲਚੇ ਦਾ ਪ੍ਰਾਈਸ ਕੀ ਹੈ? ਆਲੂ ਵਾਲਾ 50, ਗੋਭੀ ਵਾਲਾ 60, ਮਿਕਸ 70, ਐਂਡ ਪਨੀਰ ਵਾਲਾ ਕੁਲਚਾ 80 ਰੁਪੀਸ। ਅਤੇ ਇਹ ਸੀ ਪ੍ਰਾਈਸਿਸ, ਅਤੇ ਥੈਂਕ ਯੂ ਸੋ ਮਚ ਸਰ, ਕੁਲਚੇ ਬਹੁਤ ਸਾਨੂੰ ਮਜ਼ਾ ਆਇਆ ਖਾ ਕੇ। ਮਤਲਬ ਅੰਮ੍ਰਿਤਸਰ ਕਈ ਜਗ੍ਹਾ ਕੁਲਚਾ ਖਾਧਾ, ਪਰ ਤੁਹਾਡਾ ਬਹੁਤ ਵਧੀਆ ਲੱਗਿਆ ਜੀ ਮਿਕਸ ਕੁਲਚਾ, ਮਜ਼ਾ ਆ ਗਿਆ ਜੀ ਖਾ ਕੇ। ਅਤੇ ਤੁਸੀਂ ਵੀ ਇਸ ਜਗ੍ਹਾ 'ਤੇ ਕੁਲਚਾ ਖਾਣ ਆਓ, ਅਤੇ ਮੈਂ ਤੁਹਾਨੂੰ ਸ਼ੋਰਿਟੀ ਦੇਣਾ ਕਿ ਤੁਸੀਂ ਯੂ ਵਿਲ ਲਵ ਦਿਸ ਅੰਮ੍ਰਿਤਸਰੀ ਕੁਲਚਾ, ਐਂਡ ਤੁਸੀਂ ਇੱਥੋਂ ਜ਼ਰੂਰ ਖੁਸ਼ ਹੋ ਕੇ ਜਾਓਗੇ। ਸੋ ਮੇਰੇ ਜੇ ਇੰਸਟਾਗ੍ਰਾਮ ਨੇ, ਇੰਸਟਾਗ੍ਰਾਮ 'ਤੇ ਮੈਨੂੰ ਕਰ ਲਓ ਫੋਲੋ, ਤੁਹਾਨੂੰ ਮੈਂ ਉੱਥੇ ਅਪਡੇਟ ਦਿੰਦਾ ਰਹਿੰਦਾ। ਅਤੇ ਬਾਏ ਬਾਏ ਫੋਰ ਨਾਓ, ਸੀ ਯੂ ਇਨ ਦਾ ਨੈਕਸਟ ਵੀਡੀਓ।